ਤਨ ਧਨ ਸ਼ਹੀਦ ਬਾਬਾ ਹਿਸਣਾ ਸਾਹਿਬ ਗੁਰਦੁਆਰਾ ਸਾਹਿਬ ਦੀ ਨਿਸ਼ਹਿਰਾ ਪੰਨਵਾਂ ਦਾਸ ਸੁਖਵਿੰਦਰ ਸਿੰਘ ਅਤੇ ਇਹ ਭਾਈ ਸਾਹਿਬ ਭਾਈ ਸਤਨਾਮ ਸਿੰਘ ਪ੍ਰਧਾਨ ਪ੍ਰਬੰਧਕ ਕਮੇਟੀ। ਕੀ ਗੱਲ ਹੋਈ ਬਾਬਾ ਜੀ? ਇੱਥੇ ਇਹਦਾ ਇਹ ਕਿ 7 ਦੀ ਜਿਹੜੀ ਰਾਤ ਸੀ ਬੁੱਧਵਾਰ ਨੂੰ 12:38 ਕੋਈ 5 ਅਣਪਛਾਤੇ ਦਾਖਲ ਹੋਏ ਆ, ਜਿਨ੍ਹਾਂ ਨੇ ਇੱਕ ਪੱਲੋਂ ਸਿਖਾਸਣ ਵਾਲੇ ਕਮਰੇ ਦੀ ਬਾੜੀ ਲੱਕੜ ਦੀ ਤੋੜੀ ਆ, ਫਿਰ ਅੱਗੇ ਲੋਹੇ ਦੀ ਗਰੇਲੇ ਸੀ ਉਹ ਕੱਟੀ ਗਈ ਆ, ਫਿਰ ਉਸ ਤੋਂ ਅਗਲੇ ਪੰਨੇ ਇੱਕ ਫਿਰ ਲੱਕੜ ਦੀ ਬਾਰੀ ਸੀ ਉਹ ਕੱਟੀ ਗਈ ਆ, ਉਹ ਬਾਰੀ ਕੱਟ ਕੇ ਤੇ ਅੰਦਰ ਸਿਖਾਸਣ ਵਾਲੇ ਕਮਰੇ 'ਚ ਦਾਖਲ ਹੋਏ ਆ ਜੀ। ਅਤੇ ਫਿਰ ਅੱਗੇ ਮਹਾਰਾਜ ਸਰੂਪਾਂ ਦੇ ਅਗਲੇ ਪੰਨੇ ਫਿਰ ਕੈਬਨ ਦੇ ਜਾਣੀ ਕਿ ਦਰਵਾਜ਼ੇ ਲੱਗੇ ਸੀ ਉਹ ਲੋਕ ਤੋੜੇ ਗਏ ਆ, ਆਉਂਦੀ ਇਹ ਕੰਨ ਪਛਾਤਾ ਦਾਖਲ ਹੋ ਕੇ ਅਤੇ ਮੁੱਕੇ ਜਿਹੜਾ ਦਰਬਾਰ ਦਾ ਬੈਕ ਸਾਈਡ ਦਾ ਦਰਵਾਜ਼ਾ ਸੀ ਉਹ ਖੋਲ੍ਹ ਕੇ ਅਤੇ ਕੈਂਚੀ ਗੇਟ ਲੱਗਾ ਸੀ ਉਹ ਲੋਕ ਤੋੜ ਕੇ, ਅਤੇ ਫਿਰ 4 ਅੰਦਰ ਜਣੇ ਹੋਰ ਦਾਖਲ ਹੋਏ ਜੀ, ਜੋ ਉਸ ਤੋਂ ਬਾਅਦ ਉਹਨਾਂ ਨੇ ਗੋਲਕ ਚੁੱਕ ਕੇ ਬਾਹਰ ਲੈ ਕੇ ਅਤੇ ਜੋ ਜੋ ਸਾਰਾ ਚੜਾਵਾ ਸੀ ਜੋ ਵੀ ਤਕਰੀਬਨ ਗੁਰਦੁਆਰੇ ਦਾ ਉਹ ਬਾਹਰ ਜਾ ਕੇ ਉਹਨਾਂ ਨੇ ਕੱਢ ਕੇ ਲੈ ਗਏ ਜੀ। ਕਿੰਨਾ ਕੁ ਕੈਸ਼ ਹੋ ਸਕਦਾ ਗੋਲਕ 'ਚ, ਪਤਾ ਕੁਛ? ਇਹ 2 ਲੱਖ ਦੇ ਕਰੀਬ ਹੋ ਸਕਦਾ। 2 ਲੱਖ ਪੁਲਿਸ ਨੂੰ ਦਿੱਤੀ ਕੰਪਲੇਂਟ ਦੀ? ਹਾਂਜੀ ਦਿੱਤੀ ਹੈ ਜੀ। ਸੀਸੀਟੀਵੀ 'ਚ ਹੋਈ ਘਟਨਾ ਕਿਆ? ਹਾਂਜੀ ਹਾਂਜੀ ਹੋਈ। ਕੀ ਪ੍ਰਸ਼ਾਸਨ ਤੋਂ ਮੰਗ ਕਰਦੇ? ਇਹੋ ਕਿ ਛੇਤੀ ਛੇਤੀ ਦੋਸ਼ੀ ਫੜੇ ਜਾਣ, ਅੱਜ ਜਿੱਦਾਂ ਇਸ ਸਥਾਨ ਤੇ ਹੋਈ ਹੈ ਭਲਕੇ ਕਿਸੇ ਹੋਰ ਸਥਾਨ ਤੇ ਹੋ ਸਕਦੀ ਆ, ਹੋਰ ਕੋਈ ਬੇਵਦੀ ਕਰ ਸਕਦੇ ਆ, ਕਿਸੇ ਪ੍ਰਕਾਰ ਦੀ ਕੋਈ ਘਟਨਾ ਕਰ ਵਾਪਰ ਸਕਦੀ ਆ। ਗੁਰਦੁਆਰਾ ਸਥਾਨ ਦਾ ਪੂਰਾ ਨਾਮ ਦੱਸ? ਗੁਰਦੁਆਰਾ ਸ਼ਹੀਦ ਬਾਬਾ ਹਿਸਣਾ ਸਾਹਿਬ ਨਿਸ਼ਹਿਰਾ ਪੰਨਵਾਂ। ਮੇਰਾ ਨਾਮ ਸਤਨਾਮ ਸਿੰਘ ਜੀ। ਤੇ ਤੁਸੀਂ ਇੱਥੇ ਅੰਕਲ ਪ੍ਰਬੰਧਕ ਜੀ? ਹਾਂਜੀ। ਕਿਹੜਾ ਗੁਰਦੁਆਰਾ ਸਾਹਿਬ? ਇਹ ਤਨ ਤਨ ਬਾਬਾ ਹਿਸਣਾ ਸਾਹਿਬ ਜੀ ਸ਼ਹੀਦ। ਕੀ ਘਟਨਾ ਹੋਈ ਹੈ ਸਹੀ? ਇਹ ਬਾਬਾ ਜੀ 6 ਰਾਤ ਨੂੰ ਜੋ ਅਣਪਛਾਤੇ ਵਿਅਕਤੀਆਂ ਨੇ ਘਟਨਾ ਕੀਤੀ ਹੈ ਇਹ ਬਹੁਤ ਨਿੰਦਣਯੋਗ ਆ, ਇਹ ਹੋਣੀ ਨਹੀਂ ਚਾਹੀਦੀ, ਇਹਦੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਇਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਉਹਨਾਂ ਵਾਸਤੇ, ਇਹ ਨਹੀਂ ਹੋਣੀ ਚਾਹੀਦੀ, ਇਹ ਸਖਤ ਤੋਂ ਸਖਤ ਠੋਸ ਕਦਮ ਉਠਾਉਣ, ਇਹ ਜੋ ਘਟਨਾ ਹੋਈ ਹੈ ਬਹੁਤ ਮਾੜੀ ਹੋਈ ਆ, ਇਹ ਨਹੀਂ ਹੋਣੀ ਚਾਹੀਦੀ। ਕਾਰਵਾਈ ਇਹ ਹੁਣ FIR ਦਰਜ ਕੀਤੀ ਗਈ ਆ, ਅਤੇ ਜਿਹੜੀ ਹੁਣ ਅਗਲੀ ਨੈਕਸਟ ਕਾਰਵਾਈ ਆ ਉਹ ਜਿਹੜੇ CCTV ਕੈਮਰੇ ਹੰਗਾਲੇ ਜਾਣ ਡਾ ਜੀ। ਨੁਕਸਾਨ ਕਰੀਬ ਕਰੀਬ ਹੀ ਕਿਹਾ ਜੀ, 1.5-2 ਲੱਖ ਦਾ ਉਹਨਾਂ ਨੇ ਅੰਦਾਜ਼ਾ ਨਹੀਂ ਗਿਣਿਆ, ਨਹੀਂ ਕਿਸੇ ਨੇ ਕੋਈ। ਦੋਸ਼ੀ ਆ 4-5 ਹੈਗੇ ਜੀ। ਤਨ ਧਨ ਸ਼ਹੀਦ ਬਾਬਾ ਹਿਸਣਾ ਸਾਹਿਬ ਗੁਰਦੁਆਰਾ ਸਾਹਿਬ ਦੀ ਨਿਸ਼ਹਿਰਾ ਪੰਨਵਾਂ ਦਾਸ ਸੁਖਵਿੰਦਰ ਸਿੰਘ ਅਤੇ ਇਹ ਭਾਈ ਸਾਹਿਬ ਭਾਈ ਸਤਨਾਮ ਸਿੰਘ ਪ੍ਰਧਾਨ ਪ੍ਰਬੰਧਕ ਕਮੇਟੀ। ਕੀ ਗੱਲ ਹੋਈ ਬਾਬਾ ਜੀ? ਇੱਥੇ ਇਹਦਾ ਇਹ ਕਿ 7 ਦੀ ਜਿਹੜੀ ਰਾਤ ਸੀ ਬੁੱਧਵਾਰ ਨੂੰ 12:38 ਕੋਈ 5 ਅਣਪਛਾਤੇ ਦਾਖਲ ਹੋਏ ਆ, ਜਿਨ੍ਹਾਂ ਨੇ ਇੱਕ ਪੱਲੋਂ ਸਿਖਾਸਣ ਵਾਲੇ ਕਮਰੇ ਦੀ ਬਾੜੀ ਲੱਕੜ ਦੀ ਤੋੜੀ ਆ, ਫਿਰ ਅੱਗੇ ਲੋਹੇ ਦੀ ਗਰੇਲੇ ਸੀ ਉਹ ਕੱਟੀ ਗਈ ਆ, ਫਿਰ ਉਸ ਤੋਂ ਅਗਲੇ ਪੰਨੇ ਇੱਕ ਫਿਰ ਲੱਕੜ ਦੀ ਬਾਰੀ ਸੀ ਉਹ ਕੱਟੀ ਗਈ ਆ, ਉਹ ਬਾਰੀ ਕੱਟ ਕੇ ਤੇ ਅੰਦਰ ਸਿਖਾਸਣ ਵਾਲੇ ਕਮਰੇ 'ਚ ਦਾਖਲ ਹੋਏ ਆ ਜੀ। ਅਤੇ ਫਿਰ ਅੱਗੇ ਮਹਾਰਾਜ ਸਰੂਪਾਂ ਦੇ ਅਗਲੇ ਪੰਨੇ ਫਿਰ ਕੈਬਨ ਦੇ ਜਾਣੀ ਕਿ ਦਰਵਾਜ਼ੇ ਲੱਗੇ ਸੀ ਉਹ ਲੋਕ ਤੋੜੇ ਗਏ ਆ, ਆਉਂਦੀ ਇਹ ਕੰਨ ਪਛਾਤਾ ਦਾਖਲ ਹੋ ਕੇ ਅਤੇ ਮੁੱਕੇ ਜਿਹੜਾ ਦਰਬਾਰ ਦਾ ਬੈਕ ਸਾਈਡ ਦਾ ਦਰਵਾਜ਼ਾ ਸੀ ਉਹ ਖੋਲ੍ਹ ਕੇ ਅਤੇ ਕੈਂਚੀ ਗੇਟ ਲੱਗਾ ਸੀ ਉਹ ਲੋਕ ਤੋੜ ਕੇ, ਅਤੇ ਫਿਰ 4 ਅੰਦਰ ਜਣੇ ਹੋਰ ਦਾਖਲ ਹੋਏ ਜੀ, ਜੋ ਉਸ ਤੋਂ ਬਾਅਦ ਉਹਨਾਂ ਨੇ ਗੋਲਕ ਚੁੱਕ ਕੇ ਬਾਹਰ ਲੈ ਕੇ ਅਤੇ ਜੋ ਜੋ ਸਾਰਾ ਚੜਾਵਾ ਸੀ ਜੋ ਵੀ ਤਕਰੀਬਨ ਗੁਰਦੁਆਰੇ ਦਾ ਉਹ ਬਾਹਰ ਜਾ ਕੇ ਉਹਨਾਂ ਨੇ ਕੱਢ ਕੇ ਲੈ ਗਏ ਜੀ। ਕਿੰਨਾ ਕੁ ਕੈਸ਼ ਹੋ ਸਕਦਾ ਗੋਲਕ 'ਚ, ਪਤਾ ਕੁਛ? ਇਹ 2 ਲੱਖ ਦੇ ਕਰੀਬ ਹੋ ਸਕਦਾ। 2 ਲੱਖ ਪੁਲਿਸ ਨੂੰ ਦਿੱਤੀ ਕੰਪਲੇਂਟ ਦੀ? ਹਾਂਜੀ ਦਿੱਤੀ ਹੈ ਜੀ। CCTV 'ਚ ਹੋਈ ਘਟਨਾ ਕਿਆ? ਹਾਂਜੀ ਹਾਂਜੀ ਹੋਈ। ਕੀ ਪ੍ਰਸ਼ਾਸਨ ਤੋਂ ਮੰਗ ਕਰਦੇ? ਇਹੋ ਕਿ ਛੇਤੀ ਛੇਤੀ ਦੋਸ਼ੀ ਫੜੇ ਜਾਣ, ਅੱਜ ਜਿੱਦਾਂ ਇਸ ਸਥਾਨ ਤੇ ਹੋਈ ਹੈ ਭਲਕੇ ਕਿਸੇ ਹੋਰ ਸਥਾਨ ਤੇ ਹੋ ਸਕਦੀ ਆ, ਹੋਰ ਕੋਈ ਬੇਵਦੀ ਕਰ ਸਕਦੇ ਆ, ਕਿਸੇ ਪ੍ਰਕਾਰ ਦੀ ਕੋਈ ਘਟਨਾ ਕਰ ਵਾਪਰ ਸਕਦੀ ਆ। ਗੁਰਦੁਆਰਾ ਸਥਾਨ ਦਾ ਪੂਰਾ ਨਾਮ ਦੱਸ? ਗੁਰਦੁਆਰਾ ਸ਼ਹੀਦ ਬਾਬਾ ਹਿਸਣਾ ਸਾਹਿਬ ਨਿਸ਼ਹਿਰਾ ਪੰਨਵਾਂ। ਮੇਰਾ ਨਾਮ ਸਤਨਾਮ ਸਿੰਘ ਜੀ। ਤੇ ਤੁਸੀਂ ਇੱਥੇ ਅੰਕਲ ਪ੍ਰਬੰਧਕ ਜੀ? ਹਾਂਜੀ। ਕਿਹੜਾ ਗੁਰਦੁਆਰਾ ਸਾਹਿਬ? ਇਹ ਤਨ ਤਨ ਬਾਬਾ ਹਿਸਣਾ ਸਾਹਿਬ ਜੀ ਸ਼ਹੀਦ। ਕੀ ਘਟਨਾ ਹੋਈ ਹੈ ਸਹੀ? ਇਹ ਬਾਬਾ ਜੀ 6 ਰਾਤ ਨੂੰ ਜੋ ਅਣਪਛਾਤੇ ਵਿਅਕਤੀਆਂ ਨੇ ਘਟਨਾ ਕੀਤੀ ਹੈ ਇਹ ਬਹੁਤ ਨਿੰਦਣਯੋਗ ਆ, ਇਹ ਹੋਣੀ ਨਹੀਂ ਚਾਹੀਦੀ, ਇਹਦੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਇਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਉਹਨਾਂ ਵਾਸਤੇ, ਇਹ ਨਹੀਂ ਹੋਣੀ ਚਾਹੀਦੀ, ਇਹ ਸਖਤ ਤੋਂ ਸਖਤ ਠੋਸ ਕਦਮ ਉਠਾਉਣ, ਇਹ ਜੋ ਘਟਨਾ ਹੋਈ ਹੈ ਬਹੁਤ ਮਾੜੀ ਹੋਈ ਆ, ਇਹ ਨਹੀਂ ਹੋਣੀ ਚਾਹੀਦੀ। ਕਾਰਵਾਈ ਇਹ ਹੁਣ FIR ਦਰਜ ਕੀਤੀ ਗਈ ਆ, ਅਤੇ ਜਿਹੜੀ ਹੁਣ ਅਗਲੀ ਨੈਕਸਟ ਕਾਰਵਾਈ ਆ ਉਹ ਜਿਹੜੇ CCTV ਕੈਮਰੇ ਹੰਗਾਲੇ ਜਾਣ ਡਾ ਜੀ। ਨੁਕਸਾਨ ਕਰੀਬ ਕਰੀਬ ਹੀ ਕਿਹਾ ਜੀ, 1.5-2 ਲੱਖ ਦਾ ਉਹਨਾਂ ਨੇ ਅੰਦਾਜ਼ਾ ਨਹੀਂ ਗਿਣਿਆ, ਨਹੀਂ ਕਿਸੇ ਨੇ ਕੋਈ। ਦੋਸ਼ੀ ਆ 4-5 ਹੈਗੇ ਜੀ।